सब्सक्राइब कीजिए हमारे YouTube चैनल सेव इन्फो को जॉब्स और इन्फॉर्मेशन की वीडियो सबसे पहले देखने के लिए और साथ ही बेल के बटन को आपने ऑन कर लेना जिससे आपको हर एक नोटिफिकेशन समय से मिलती रहे। नमस्कार दोस्तों, तुहाडा एक बार बहुत स्वागत है जी फिर साडे YouTube चैनल सेव इन्फो दे विच। दोस्तों अज तुहाडे लई कुछ पोस्टां हां लेके हाजिर होए हां जी। बाबा फरीद यूनिवर्सिटी ऑफ हेल्थ साइंस जो फरीदकोट वालों पोस्टां निकलियां हन जिहदे विच स्टाफ नर्स, फार्मास्टिक रेडियोग्राफर, मेडिकल लैबोरेटरी यानी कि ANM वख वख 200 पदों के भर्तियां निकलियां हन। तां इहदी पूरी जानकारी नाल दोस्तों आपां वीडियो तुहानूं पूरी देखणी पवेगी जिहदे विच तुहानूं पूरी इनफॉर्मेशन दित्ती जाणी है जी। लास्ट डेट जी गल कीती जावे 22/2/19 है, इह तक दोस्तों अपने अपलाई कर देणा गा। ਤਾਂ ਵੀਡੀਓ ਦੋਸਤੋ ਚੱਲਦੇ ਹਾਂਗੇ ਵੀਡੀਓ ਵੱਲ, ਤਾਂ ਦੇਖਦੇ ਹਾਂ ਪੂਰੀ ਇਨਫੋਰਮੇਸ਼ਨ। ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੋਸਤੋ ਗੁਜ਼ਾਰਸ਼ ਹੈ ਜੋ ਇਹਨਾਂ ਨੇ ਚੈਨਲ ਫਸਟ ਟਾਈਮ ਦੇ ਵਿਜ਼ਿਟ ਕਰ ਰਹੇ ਨੇ ਪਲੀਜ਼ ਚੈਨਲ ਨੂੰ, ਜੋ ਨੀਚੇ ਰੈੱਡ ਬਟਨ ਸਬਸਕ੍ਰਾਈਬ ਦਾ ਪਲੀਜ਼ ਤੋਂ ਸਬਸਕ੍ਰਾਈਬ ਕਰ ਲਓ, ਨਾਲ ਹੀ ਦੋਸਤੋ ਜੋ ਸ਼ੇਅਰ ਦਾ ਬਟਨ ਆ ਪਲੀਜ਼ ਵੀਡੀਓ ਨੂੰ ਸ਼ੇਅਰ ਵੀ ਕਰਦਾ ਕਰੋ, ਨਾਲ ਲਾਈਕ ਜ਼ਰੂਰ ਕਰਦਾ ਕਰੋ। ਤਾਂ ਜਿਹਨਾਂ ਨੇ ਆਲਰੇਡੀ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਜੁੜੇ ਰਹਿਣ ਲੈਣ। ਤਾਂ ਜੀ ਚੱਲਦੇ ਹਾਂ, ਜੋ ਉਹਨਾਂ ਦਾ ਪ੍ਰੋਪਰ ਨੋਟੀਫਿਕੇਸ਼ਨ ਆਇਆ ਹੈਗਾ ਪੜ੍ਹਦੇ ਹਾਂ ਜੀ, ਉਹ ਦੇਖਦੇ ਹਾਂ ਤੁਸੀਂ ਜੋ ਇਹਦੇ 'ਚ ਪੋਸਟਾਂ ਦੀ ਮੰਗ ਕੀਤੀ ਹੈ। ਸਟਾਫ ਨਰਸ, ਫਾਰਮਿਸਟ, ਰੇਡੀਓਗ੍ਰਾਫ, ਮੈਡੀਕਲ ਲੈਬੋਰਟਰੀ ਯਾਨੀ ਕਿ ਇਹਨਾਂ ਦੀਆਂ ਅਸਾਮੀਆਂ ਦੀ ਮੰਗ ਕੀਤੀ ਗਈ ਹੈ। ਤਾਂ ਜਿਹੜੀ ਫਸਟ ਪੋਸਟ ਆਪਾਂ ਦੇਖ ਲੈਂਦੇ ਹਾਂ ਜੀ, ਸਟਾਫ ਨਰਸ ਦੀ ਪੋਸਟ ਆਈ ਹੈ। ਤਾਂ ਸਟਾਫ ਨਰਸ ਨੇ ਜੀ 11,000 ਤੁਹਾਨੂੰ ਜੋ ਸੈਲਰੀ ਦਿੱਤੀ ਜਾਣੀ ਹੈ, ਯਾਨੀ ਕਿ ਤੁਸੀਂ ਦੇ ਸਕਦੇ ਹੋ ਪਲੱਸ ਟੂ ਤੋਂ ਬਾਅਦ ਤੁਹਾਡਾ ਜੋ ਡਿਪਲੋਮਾ ਹੈਗਾ ਪਾਸ ਸੀਨੀਅਰ ਸੈਕੰਡਰੀ ਡਿਪਲੋਮਾ ਇਨ ਜਰਨਲ ਨਰਸਿੰਗ ਐਂਡ ਮੈਡੀਫਾਈ ਯਾਨੀ ਕਿ GNM ਦੇ ਵਿੱਚ ਤੁਹਾਡਾ ਜੋ ਡਿਪਲੋਮਾ ਜੀ ਹੋਣਾ ਚਾਹੀਦਾ ਹੈਗਾ, ਠੀਕ ਹੈ। ਤਾਂ ਇੱਦਾਂ ਹੀ ਜੋ ਕੈਟਾਗਰੀ ਨੇਮ ਆਫ ਦਾ ਪੋਸਟ ਜੋ ਕੈਟਾਗਰੀ ਹੈ ਤੁਸੀਂ ਦੇ ਸਕਦੇ ਹੋ ਜਰਨਲ SC, ਠੀਕ ਹੈ, SC MR ਅਤੇ RO ਅਤੇ BC ਐਕਸਰਸਮੈਨ ਅਤੇ ਜੋ ਕੈਟਾਗਰੀ ਦਾ ਫਲੈਸ਼ ਹੋ ਰਹੀਆਂ ਦੋਸਤੋ ਇਹ ਕੀ ਕੈਟਾਗਰੀਜ਼ ਅਪਲਾਈ ਕਰ ਸਕਦੇ ਨੇ ਐਲੀਜੀਬਲ ਨੇ ਜੀ। ਤਾਂ ਇੱਦਾਂ ਹੀ ਤੁਸੀਂ ਜੋ ਡਿਪਲੋਮਾ ਕੀਤਾ ਹੁੰਦਾ ਉਹ ਰਜਿਸਟਰਡ ਹੋਣਾ ਚਾਹੀਦਾ ਤੁਹਾਡਾ ਜੀ, ਰਜਿਸਟਰਡ ਹੋਣਾ ਚਾਹੀਦਾ ਪੰਜਾਬ ਨਰਸਿੰਗ ਰਜਿਸਟਰਡ ਕੌਂਸਲ ਤੋਂ, ਠੀਕ ਹੈ ਜੀ। ਤਾਂ ਅੱਗੇ ਚੱਲਦੇ ਹਾਂ ਜੀ, ਜਦੋਂ ਸੈਕਿੰਡ ਪੋਸਟ ਆਈ ਹੈਗੀ ਪੈਰਾਮਿਸਟਰੀ ਜੀ 11,000 ਤੁਹਾਨੂੰ ਪਰ ਮੰਥ ਸੈਲਰੀ ਦਿੱਤੀ ਜਾਣੀ ਹੈਗੀ। ਤੁਹਾਡੇ ਕੋਲ ਪਲੱਸ ਟੂ ਬਾਅਦ ਦੇ ਵਿੱਚ ਵੀ ਦੋਸਤੋ ਬੈਚਲਰ ਡਿਗਰੀ ਯਾਨੀ ਕਿ ਇਹਨਾਂ ਤੁਸੀਂ ਚੈੱਕ ਕਰ ਸਕਦੇ ਹੋ, ਛੋਟੀ ਹੀ ਬੈਚਲਰ ਡਿਗਰੀ ਯਾਨੀ ਕਿ ਰਾਜ ਯੂਨੀਵਰਸਿਟੀ ਯਾਨੀ ਕਿ ਰਜਿਸਟਰਡ ਯੂਨੀਵਰਸਿਟੀ ਤੁਹਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ, ਆਰ ਇੰਸਟੀਟਿਊਟ। ਐਂਡ ਦੋਸਤੋ ਤੁਹਾਨੂੰ ਨਾਲ ਹੀ ਕੀ ਆ 3 ਮੰਥ ਦਾ ਕੀ ਆ ਫਿਰ ਪ੍ਰੈਕਟੀਕਲ ਟ੍ਰੇਨਿੰਗ ਇਹਨਾਂ ਦੇ ਪੈਰਾਮਿਸਟਰੀ ਕੌਂਸਲ ਦੇ ਵਿੱਚ ਤੁਹਾਡਾ ਜਾ ਟ੍ਰੇਨਿੰਗ ਵਗੈਰਾ ਹੋਣੀ ਚਾਹੀਦੀ ਹੈਗੀ, ਠੀਕ ਹੈ ਜੀ। ਤਾਂ ਜੋ ਕਿ ਆ ਪੰਜਾਬ ਕੌਂਸਲ ਦੇ ਵਿੱਚ ਹੈ ਜੀ। ਤਾਂ ਇੱਦਾਂ ਹੀ ਜੋ ਉਹਦੇ ਕੈਟਾਗਰੀ ਤੁਸੀਂ ਦੇ ਸਕਦੇ ਹੋ ਜੋ ਅਪਲਾਈ ਕਰ ਸਕਦੀਆਂ ਨੇ, ਠੀਕ ਹੈ, ਇਹ ਸਾਰੀ ਕੈਟਾਗਰੀ ਜੋ ਸਪੋਰਟਸਮੈਨ ਹੈਂਡੀਕੈਪਟ ਵਗੈਰਾ ਦੋਸਤੋ ਇਹ 'ਚ ਅਪਲਾਈ ਕਰ ਸਕਦੇ ਨੇ। ਇੱਦਾਂ ਹੀ ਦੋਸਤੋ ਜੋ ਰੇਡੀਓਗ੍ਰਾਫਰ ਦੀ ਪੋਸਟ ਨਿਕਲ ਕੇ ਆਈ ਹੈ ਜੀ ਤੀਜੇ ਨੰਬਰ 'ਤੇ, ਤਾਂ ਇਹਦੇ ਵਿੱਚ ਕਿ 11,000 ਪਰ ਮੰਥ ਤੁਹਾਨੂੰ ਸੈਲਰੀ ਮਿਲ ਜਾਣੀ ਆ। ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਲੱਸ ਟੂ ਜੀ ਹੋਣੀ ਚਾਹੀਦੀ ਤੁਹਾਡੀ, ਸੀਨੀਅਰ ਸੈਕੰਡਰੀ ਪਲੱਸ ਟੂ ਤੋਂ ਬਾਅਦ ਜੀ ਕੀ ਹੈ 2 ਸਾਲਾਂ ਦਾ ਯਾਨੀ ਕਿ 2 ਈਅਰ ਦਾ ਤੁਹਾਡਾ ਡਿਪਲੋਮਾ ਇਹਨਾਂ ਰੇਡੀਓਗ੍ਰਾਫਰੀ ਦੇ ਵਿੱਚ ਨਾਲ ਹੋਣਾ ਚਾਹੀਦਾ ਜੀ। ਤਾਂ ਅੱਗੇ ਚੱਲਦੇ ਹਾਂ ਜੀ, ਤਾਂ ਜਿਹੜੀ 4 ਨੰਬਰ 'ਤੇ ਉੱਥੋਂ ਪੋਸਟ ਆ ਰਹੀ ਹੈ ਮੈਡੀਕਲ ਲੈਬੋਰਟਰੀ ਟੈਕਨੀਕਲ ਐਂਡ ਗ੍ਰੇਡ 2, ਤਾਂ ਤੁਹਾਨੂੰ ਸੈਲਰੀ ਦੀ ਗੱਲ ਕੀਤੀ ਜਾਵੇ 11,000 ਪਰ ਮੰਥ ਤੁਹਾਨੂੰ ਦੇ ਵਿੱਚ ਵੀ ਸੈਲਰੀ ਸੇਮ ਮਿਲਣੀ ਹੈ ਜੀ। ਤਾਂ ਤੁਹਾਡਾ ਕੀ ਅਤੇ ਗ੍ਰੈਜੂਏਟ ਯਾਨੀ ਕਿ ਪਲੱਸ ਟੂ ਤੋਂ ਬਾਅਦ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਪਲੱਸ ਟੂ ਜਿਹੜੀ ਤੁਹਾਡੀ ਹੋਣੀ ਚਾਹੀਦੀ ਹੈਗੀ ਸਾਇੰਸ, ਬਾਇਓ, ਫਿਜਿਕਸ, ਕੈਮਿਸਟਰੀ, ਬਾਇਓਲੋਜੀ ਦੇ ਵਿੱਚ ਤੁਹਾਡੀ ਕੀ ਪਲੱਸ ਟੂ ਹੋਣੀ ਚਾਹੀਦੀ ਹੈਗੀ। ਐਂਡ ਡਿਪਲੋਮਾ ਇਨ ਤੁਸੀਂ ਲੈਬੋਰਟਰੀ ਟੈਕਨੋਲੋਜੀ ਨਾਲ ਤੁਹਾਡਾ 2 ਸਾਲਾਂ ਦਾ ਡਿਪਲੋਮਾ ਇਹਦੇ ਯਾਨੀ ਕਿ ਮੈਡੀਕਲ ਲੈਬੋਰਟਰੀ ਦੇ ਅਕੋਰਡਿੰਗ ਤੁਹਾਡਾ ਹੋਣਾ ਚਾਹੀਦਾ ਜੀ। ਤਾਂ ਨੈਕਸਟ ਚੱਲਦੇ ਹਾਂ ਜੀ, ਤੁਸੀਂ ਅੱਗੇ ਵੀ ਚੈੱਕ ਕਰ ਸਕਦੇ ਹੋਗੇ ਡੋਪਨਾ ਲੈਬੋਰਟਰੀ ਯਾਨੀ ਕਿ ਅਲੱਗ ਅਲੱਗ ਇਹ ਪੂਰਾ ਤੁਸੀਂ ਚੰਗੀ ਤਰ੍ਹਾਂ ਰੀਡ ਕਰ ਲਾ, ਨੋਟੀਫਿਕੇਸ਼ਨ ਤੁਹਾਨੂੰ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਣਾ ਗਾ। ਅਦਰਵਾਈਜ਼ ਦੋਸਤੋ ਚੰਗੀ ਤਰ੍ਹਾਂ ਤੁਸੀਂ ਇਨਫੋਰਮੇਸ਼ਨ ਦੇ ਸਾਥ ਹੀ ਦੋਸਤੋ ਇਹਨੂੰ ਅਪਲਾਈ ਕਰ ਲੈਣਾ ਜੀ। ਤਾਂ ਹੁਣ ਨਾਲ ਗੱਲ ਕਰਦੇ ਹਾਂ ਜੋ ANM, ਜੋ ANM ਦੀਆਂ ਵੈਕੈਂਸੀਆਂ ਨਿਕਲੀਆਂ ਹਨ ਜੀ, ਜਿਹਦੇ ਵਿੱਚ ਤੁਹਾਨੂੰ ਸੈਲਰੀ 9,600 ਰੁਪਏ ਪਰ ਮੰਥ ਤੁਹਾਨੂੰ ਸੈਲਰੀ ਦਿੱਤੀ ਜਾਣੀ ਆ। ਤਾਂ ਤੁਸੀਂ ਇੱਥੇ ਵੀ ਸਰਚੂਟ ਹੈਡ ਪਾਸ ਸੀਨੀਅਰ ਸੈਕੰਡਰੀ ਪਾਰਟ 2 ਐਗਜ਼ਾਮੀਨੇਸ਼ਨ, ਠੀਕ ਹੈ, ਐਂ ਕਿਸੇ ਵੀ ਰਜਿਸਟਰਡ ਯੂਨੀਵਰਸਿਟੀ ਤੋਂ ਕੀਤੀ ਹੋਣੀ ਚਾਹੀਦੀ ਹੈਗੀ। ਤਾਂ ਸ਼ੁੱਡ ਹੈ ਜੀ ਡਿਪਲੋਮਾ ਇਨ ਮਲਟੀਪਲ ਹੈਲਥ ਵਰਕ ਫੀਮੇਲ, ਤਾਂ ਤੁਹਾਡੇ ਕੋਲ ਜੋ ਡਿਪਲੋਮਾ ਇਨ ਕੀ ਆ ਮਲਟੀਪਲ ਵਰਕ ਹੈਲਥ ਸਾਇੰਸ ਦਾ ਯਾਨੀ ਕਿ ਡਿਪਲੋਮਾ ਵਗੈਰਾ ਹੋਣਾ ਚਾਹੀਦਾ ਜੀ, ਠੀਕ ਹੈ। ਤਾਂ ਉਦੋਂ ਬਾਅਦ ਆਪਾਂ ਚੈੱਕ ਕਰਦੇ ਹਾਂ ਦੋਸਤੋ ਜੋ ਡਿਪਲੋਮਾ ਜੀ, ਠੀਕ ਹੈ, ਪੂਰਾ ਰਜਿਸਟਰ ਕਿਸੇ ਯੂਨੀਵਰਸਿਟੀ ਤੋਂ ਆਧਾਰਿਤ ਹੋਣਾ ਚਾਹੀਦਾ ਹੈਗਾ। ਤਾਂ ਸੈਕੰਡ, ਤਾਂ ਦੋਸਤੋ ਇਹ ਸਨ ਪੋਸਟਾਂ ਜੋ ਤੁਹਾਨੂੰ ਦੱਸੀਆਂ ਗਈਆਂ ਜਿਹਦੇ ਵਿੱਚ ਸਟਾਫ ਨਰਸ ਦੀ ਆਪਾਂ ਗੱਲ ਕੀਤੀ ਹੈ, ਫਾਰਮਿਸਟ, ਰੇਡੀਓਗ੍ਰਾਫਰ, ਮੈਡੀਕਲ ਲੈਬੋਰਟਰੀ ਟੈਕਨੀਕੇਸ਼ਨ ਗ੍ਰੇਡ ਅਤੇ ANM, ਠੀਕ ਹੈ, ਇਹ ਫੀਮੇਲ ਦੀਆਂ ਜੋ ਪੋਸਟਾਂ ਰੱਖੀਆਂ ਹਨ ਜੋ ਠੇਕੇ ਦੇ ਆਧਾਰ 'ਤੇ ਦੋਸਤੋ ਭਰੀਆਂ ਜਾਣਗੀਆਂ। ਲੋੜੀ ਦਾ ਤਜਰਬਾ ਵਗੈਰਾ ਵੀ ਤੁਹਾਨੂੰ ਦੱਸਤਾ, ਤਾਂ ਪ੍ਰੋਪਰ ਇਨਫੋਰਮੇਸ਼ਨ ਵੀ ਤੁਹਾਨੂੰ ਦਿੱਤੀ ਹੈ ਦੋਸਤੋ, ਠੀਕ ਹੈ। ਤਾਂ ਇਹ ਨੋਟੀਫਿਕੇਸ਼ਨ ਵੀ ਤੁਹਾਨੂੰ ਨਾਲ ਦੀ ਨਾਲ ਵੀਡੀਓ ਦੇ ਨੀਚੇ ਮਿਲ ਜੂਗਾ, ਸੋ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋਗੇ। ਤਾਂ ਅੱਗੇ ਜੋ ਇਹਨਾਂ ਦੀ ਏਜ਼ ਵਗੈਰਾ ਤੁਸੀਂ ਦੇਖ ਸਕਦੇ ਹੋ ਜੀ, 18-37 ਦੇ ਦਰਮਿਆਨ ਤੁਹਾਡੀ ਜੋ ਏਜ਼ ਹੋਣੀ ਚਾਹੀਦੀ ਹੈਗੀ, ਠੀਕ ਆ। ਤਾਂ ਜਿੱਦਾਂ ਦੋਸਤੋ ਜੋ ਮੇਨ ਟੋਪਿਕ ਸੀ ਆਪਣਾ ਤੁਹਾਨੂੰ ਦੱਸਣ ਲੱਗੇ, ਬਾਬਾ ਫਰੀਦ ਦੇ ਵਿੱਚ ਜੋ ਯੂਨੀਵਰਸਿਟੀ ਫਰੀਦਕੋਟ ਸਾਇੰਸ ਵਿੱਚ ਸਟਾਫ ਨਰਸ ਦੀਆਂ, ਫਾਰਮਿਸਟ, ਰੇਡੀਓਗ੍ਰਾਫੀ ਦੇ ਲੈਬੋਰਟਰੀ ਅਤੇ ANM ਦੀਆਂ ਵੈਕੈਂਸੀ ਨਿਕਲੀਆਂ ਹਨ। ਤਾਂ ਤੁਸੀਂ ਜੋ ਵੀ ਕੈਂਡੀਡੇਟ ਇਹਨਾਂ ਐਲੀਜੀਬਿਲਟੀ ਰੱਖਦਾ ਜੀ ਇਹਨਾਂ ਨੂੰ, ਤਾਂ ਉਹ ਅਪਲਾਈ ਕਰ ਸਕਦਾ ਜੀ। ਉਹਨਾਂ ਦੀ ਜੋ ਲਾਸਟ ਡੇਟ ਹੈਗੀ ਉਹ 22/2/19 ਤੱਕ ਅਪਲਾਈ ਕਰ ਸਕਦਾ ਗਾ।
ਤਾਂ ਦੋਸਤੋ ਇੱਦਾਂ ਦੀ ਵੀਡੀਓ ਦੇਖਣ ਲਈ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਲਾਈਕ ਕਰ ਦਿਓ ਦੋਸਤੋ, ਨਾਲ ਹੀ ਸ਼ੇਅਰ ਕਰ ਦਿਓ, ਠੀਕ ਹੈ, ਤਾਂ ਕਿ ਤੁਹਾਨੂੰ ਅਸੀਂ ਕੀ ਆ ਆਉਣ ਵਾਲੇ ਸਮੇਂ ਦੇ ਦੋਸਤੋ ਹੋਰ ਵੀਡੀਓ ਵਧੀਆ ਵਧੀਆ ਬਣਾ ਕੇ ਲਈਏ। ਦੋਸਤੋ ਮਾੜਾ ਜਿਹਾ ਵੀਡੀਓ ਸਾਡੀ ਕਈ ਵਾਰ ਲੇਟ ਹੋ ਗਈ, ਕਿਉਂਕਿ ਸ਼ਡਿਊਲ ਦੋਸਤੋ ਮਾੜਾ ਜਿਹਾ ਬਿਜ਼ੀ ਚੱਲ ਰਿਹਾ ਹੈਗਾ ਤੁਹਾਡੇ ਲਈ, ਕਿ ਟਾਈਮ ਨਹੀਂ ਦੋਸਤੋ ਕੱਢ, ਫਿਰ ਵੀ ਦੋਸਤੋ ਮੈਂ ਕੋਸ਼ਿਸ਼ ਕਰਦਾਗਾ ਤੁਹਾਡੇ ਲਈ ਵੀਡੀਓ ਬਣਾ ਕੇ ਲੈ ਕੇ ਆਵਾਂ। ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜਿਹਨੇ ਤੱਕ ਨਹੀਂ ਕੀਤਾ। ਤਾਂ ਮਿਲਦੇ ਹਾਂ ਦੋਸਤੋ ਨੈਕਸਟ ਵੀਡੀਓ ਤੱਕ, ਦੱਸੋ ਗੁੱਡ ਬਾਏ, ਟੇਕ ਕੇਅਰ।